ਪੰਜਾਬ ਯੂਥ ਕਾਂਗਰਸ ਦੇ ਆਗੂ ਹਰਸਿਮਰਤ ਸਿੰਘ ਸ਼ੈਰੀ ਰਿਆੜ ਨੂੰ ਕਾਂਗਰਸ ਨੇ ਇੱਕ ਸ਼ੋ ਕੌਜ਼ ਨੋਟਿਸ ਜਾਰੀ ਕੀਤਾ। ਇਹ ਨੋਟਿਸ ਉਹਨਾਂ ਨੂੰ ਇਸ ਕਰਕੇ ਜਾਰੀ ਕੀਤਾ ਗਿਆ ਕਿਉਂਕਿ ਉਹ ਕਾਂਗਰਸ ਦੇ ਵੱਡੇ ਲੀਡਰਸ ਦੇ ਖਿਲਾਫ਼ ਬੋਲ ਰਹੇ ਨੇ ਅਤੇ ਸਿੱਧੂ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹਨਾਂ ਦੇ ਹੱਕ 'ਚ ਗੱਲ ਕਰ ਰਹੇ ਨੇ। ਪੰਜਾਬ ਕਾਂਗਰਸ ਦੇ ਵਿੱਚ ਦੋ ਧੜੇ ਜਿਹੜੇ ਆ ਇਹ ਅਕਸਰ ਉਦੋਂ ਉੱਭਰ ਕੇ ਸਾਹਮਣੇ ਆਉਂਦੇ ਆ ਜਦੋਂ ਜਾਂ ਤਾਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਜਾਂ ਫਿਰ ਲੋਕ ਸਭਾ ਚੋਣਾਂ ਹੋਣ। ਹੁਣ ਇਸੇ ਤਰ੍ਹਾਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ 2024 ਦੀਆਂ ਅਤੇ ਕਾਂਗਰਸ ਦੇ ਵਿੱਚ ਦੋ ਧੜੇ ਫਿਰ ਬਣ ਗਏ ਨੇ। ਇੱਕ ਧੜਾ ਹੈਗਾ ਜਿਹੜਾ ਮੁਖਾਲਫਤ ਕਰ ਰਿਹਾ, ਜਿਹੜਾ ਵਿਰੋਧ ਕਰ ਰਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਇਲੈਕਸ਼ਨ ਨਹੀਂ ਲੜਨੇ। ਦੂਜਾ ਧੜਾ ਇਹ ਕਹਿੰਦਾ ਵੀ ਜੋ ਪਾਰਟੀ ਹਾਈਕਮਾਨ ਕਹਿੰਦੀ ਆ ਅਸੀਂ ਉਹਨੂੰ ਮੰਨਣਾ, ਸਾਡਾ ਜਿਹੜਾ ਇਹ ਫਰਜ਼ ਬਣਦਾ ਕਿ ਪਾਰਟੀ ਦੇ ਜਿਹੜੇ ਅਲਾ ਅਹੁਦੇਦਾਰ ਨੇ ਉਹਨਾਂ ਦਾ ਆਖਾ ਮੰਨਿਆ ਜਾਵੇ, ਪਾਰਟੀ ਦੀ ਕਮਾਨ ਉਹਨਾਂ ਦੇ ਹੱਥ 'ਚ ਹੈ। ਹੁਣ ਇਸੇ ਦੇ ਚੱਲਦਿਆਂ ਲੰਘੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੱਕ ਜਿਹੜਾ ਮੀਟਿੰਗ ਕੀਤੀ ਸੀਗੀ, ਇੱਕ ਰੈਲੀ ਕੀਤੀ ਸੀ, ਜਿਸ ਰੈਲੀ ਤੋਂ ਖਫਾ ਹੋਏ ਪ੍ਰਤਾਪ ਬਾਜਵਾ ਨੇ ਉਹਨਾਂ 'ਤੇ ਤੰਜ਼ ਕੱਸਦਿਆਂ ਕਿਹਾ ਕਿ ਸਿੱਧੂ ਸਾਹਿਬ ਤੁਸੀਂ ਆਪਣਾ ਵੱਖਰਾ ਅਖਾੜਾ ਨਾ ਲਗਾਓ। ਇਸੇ ਦੇ ਚੱਲਦਿਆਂ ਅਸੀਂ 78 ਤੋਂ 18 'ਤੇ ਆ ਗਏ ਹਾਂ, ਸਾਨੂੰ ਇੱਕਜੁੱਟ ਹੋਣਾ ਚਾਹੀਦਾ। ਪਰ ਸਿੱਧੂ ਧੜਾ ਇਹ ਕਹਿੰਦਾ ਵੀ ਜੋ ਪਾਰਟੀ ਹਾਈਕਮਾਨ ਕਹਿ ਰਹੀ ਆ ਅਸੀਂ ਤਾਂ ਉਹੀ ਕਰਨਾ। ਹੁਣ ਪਾਰਟੀ ਹਾਈਕਮਾਨ ਇਹ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੋਣਾਂ ਲੜੀਆਂ ਜਾਣ, ਪਰ ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ ਜਿਹੜੇ ਆ ਜਾਂ ਇਹਨਾਂ ਦੇ ਨਾਲ ਜਿਹੜੇ ਹੋਰ ਇਹਨਾਂ ਦੇ ਸਮਰਥਕ ਹੈ ਉਹ ਇਹਦਾ ਵਿਰੋਧ ਕਰਦੇ ਪਏ ਆ। ਇਸੇ ਦੇ ਚੱਲਦਿਆਂ ਨਵਜੋਤ ਸਿੱਧੂ ਦੇ ਕਰੀਬੀ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੂੰ ਅੱਜ ਸ਼ੋ ਕੌਜ਼ ਨੋਟਿਸ ਜਿਹੜਾ ਉਹ ਪੰਜਾਬ ਯੂਥ ਕਾਂਗਰਸ ਨੇ ਇਸ਼ੂ ਕੀਤਾ ਕਿ ਤੁਸੀਂ ਵੱਡੇ ਲੀਡਰਾਂ ਦੇ ਖਿਲਾਫ਼ ਬੋਲ ਰਹੇ ਹੋ, ਜਿਸ ਦੇ ਚੱਲਦਿਆਂ ਤੁਹਾਨੂੰ ਇਹ ਨੋਟਿਸ ਦਿੱਤਾ ਜਾਂਦਾ, ਤੁਸੀਂ 3 ਦਿਨਾਂ ਦੇ ਅੰਦਰ ਇਹਦਾ ਜਵਾਬ ਦੇਣਾ। ਹੁਣ ਜਦੋਂ ਸ਼ੈਰੀ ਰਿਆੜ ਨੂੰ ਇਹ ਨੋਟਿਸ ਸਰਵ ਹੋਇਆ, ਜਦੋਂ ਉਹਨਾਂ ਨੂੰ ਇਹ ਨੋਟਿਸ ਮਿਲਦਾ ਤਾਂ ਉਹਨਾਂ ਫਿਰ ਜੰਮ ਕੇ ਜਿਹੜੀ ਆਪਣੀ ਭੜਾਸ ਕੱਢੀ ਉਹ ਵੀ ਲਾਈਵ ਹੋ ਗਏ। ਉਹ ਕਹਿੰਦੇ ਵੀ ਮੈਂ ਵੀ ਸਵਾਲ ਕਰਨਾ ਚਾਹੁੰਦਾ ਵਾਂ ਵੀ ਜਿਹੜੇ ਲੀਡਰਸ ਦੇ ਜਿਹੜੇ ਭਰਾ ਭਤੀਜੇ ਦੂਜੀਆਂ ਪਾਰਟੀਆਂ 'ਚ ਚਲੇ ਗਏ ਔਰ ਉਹਨਾਂ ਨੇ ਇਲੈਕਸ਼ਨ ਲੜੇ, ਪਾਰਟੀ ਦਾ ਵੱਧ ਨੁਕਸਾਨ ਤਾਂ ਉਹਨਾਂ ਨੇ ਕੀਤਾ। 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਸੀਗੀਆਂ ਪੰਜਾਬ ਦੀਆਂ, ਉਹ ਤਾਂ ਅਸੀਂ ਉਹਨਾਂ ਕਰਕੇ ਹਾਰੇ ਹਾਂ, ਨਾ ਕਿ ਨਵਜੋਤ ਸਿੱਧੂ ਕਰਕੇ। ਅਤੇ ਜਿਹੜਾ ਠੀਕਰਾ ਭੰਨਿਆ ਜਾ ਰਿਹਾ ਉਹ ਨਵਜੋਤ ਸਿੰਘ ਸਿੱਧੂ ਦੇ ਸਿਰ 'ਤੇ ਭੰਨਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਣੀ ਹੈ ਜਿਹੜੇ, ਇਹ ਆਪਣੀ ਵੱਖਰੀ ਵਿਚਾਰਧਾਰਾ, ਇਹਨਾਂ ਦੀ ਆਈਡੀਓਲੋਜੀ ਵੱਖਰੀ ਹੈ, ਇਹ ਆਪਣੀ ਵੱਖਰੀ ਗੱਲ ਕਰਦੇ ਆ, ਜਿਸ ਦੇ ਚੱਲਦਿਆਂ ਪਾਰਟੀ ਜਿਹੜੀ ਆ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਜਿਹੜੇ ਸ਼ੈਰੀ ਰਿਆੜ ਨੇ ਇਹ ਸਿੱਧੂ ਦੇ ਸਮਰਥਕ ਨੇ, ਸਿੱਧੂ ਦੇ ਪੈਰਵਾਈ ਕਰਦੇ ਨੇ, ਸਿੱਧੂ ਦੇ ਨਾਲ ਇਹ ਅਕਸਰ ਵੇਖੇ ਜਾਂਦੇ ਨੇ। ਹੁਣ ਜਿੱਥੇ ਸ਼ੈਰੀ ਰਿਆੜ ਨੂੰ 3 ਦਿਨ ਦਾ ਜਿਹੜਾ ਟਾਈਮ ਦਿੱਤਾ ਗਿਆ ਕਿ ਤੁਸੀਂ 3 ਦਿਨ ਦੇ ਵਿੱਚ ਆਪਣਾ ਜਿਹੜਾ ਉਹ ਜਵਾਬ ਪੇਸ਼ ਕਰੋ, ਤਾਂ ਸ਼ੈਰੀ ਰਿਆੜ ਵੀ ਕਹਿੰਦੇ ਵੀ ਮੈਂ ਵੀ ਤਗੜਾ ਹੋ ਗਿਆ, ਪਰ ਤੁਸੀਂ ਵੀ ਤਗੜੇ ਹੋ ਕੇ ਹੁਣ ਜਵਾਬ ਸੁਣਨ ਵਾਲੇ ਬਣੇ ਹੋ, ਜਵਾਬ ਮੈਂ ਤੁਹਾਨੂੰ ਜ਼ਰੂਰ ਦਊਂਗਾ। ਪਰ ਮਸਲਾ ਤਾਂ ਇਹੀ ਹੈ ਕਿ ਇੱਕ ਪਾਸੇ ਤਾਂ ਕਾਂਗਰਸ ਜਿਹੜੀ ਹੈ ਉਹ ਇਹ ਕਹਿ ਰਹੇ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੋਣਾਂ ਲੜਨੀਆਂ ਨੇ, ਅਤੇ ਦੂਜੇ ਪਾਸੇ ਇਸੇ ਕਾਂਗਰਸ ਦੇ ਵੱਡੇ ਜਿਹੜੇ ਲੀਡਰਸ ਜਿਨ੍ਹਾਂ ਨੇ ਵੱਡੇ ਵੱਡੇ ਮਹਿਕਮਿਆਂ ਦੇ ਜਿਹੜੇ ਮੰਤਰੀ ਰਹੇ ਉਹ ਕਹਿੰਦੇ ਜੀ ਸਾਨੂੰ ਮਨਜ਼ੂਰ ਨਹੀਂ। ਅਤੇ ਉੱਧਰ ਰਾਜਾ ਵੜਿੰਗ ਹੋਣੀ ਇਹ ਗੱਲ ਆਖ ਦਿੰਦੇ ਆ ਕਿ ਜੋ ਪਾਰਟੀ ਕਹੇਗੀ, ਜੋ ਹਾਈਕਮਾਨ ਕਹੇਗੀ ਉਹ ਮੰਨਣਾ ਪਏਗਾ। ਇਸੇ ਦੇ ਚੱਲਦਿਆਂ ਅੱਜ ਵੱਡੇ ਫੇਰ ਬਦਲ ਵੀ ਕੀਤੇ ਗਏ ਆ ਨੈਸ਼ਨਲ ਲੈਵਲ ਦੇ ਉੱਤੇ, ਪਰ
ਜਿਹੜਾ ਇਹ ਯੂਥ ਨੂੰ ਇਹਨਾਂ ਨੇ ਹੁਣ ਨੋਟਿਸ ਇਸ਼ੂ ਕੀਤਾ ਯੂਥ ਆਗੂ ਨੂੰ ਹਰਸਿਮਰਤ ਸਿੰਘ ਸ਼ੈਰੀ ਰਿਆੜ ਨੂੰ, ਇਹਦੇ ਨਾਲ ਹੋ ਸਕਦਾ ਬਈ ਜਿਹੜੇ ਯੂਥ ਦਲ ਦੇ ਨੇਤਾ ਨੇ ਯੂਥ ਆਰਗੇਨਾਈਜੇਸ਼ਨ ਦੇ ਜਿਹੜੇ ਕਾਰਕੁਨ ਨੇ ਕਾਂਗਰਸ ਦੇ ਉਹਨਾਂ ਉੱਤੇ ਵੀ ਫਰਕ ਪਵੇ। ਜਿਉਂ ਜਿਉਂ ਇਲੈਕਸ਼ਨਾਂ ਨੇੜੇ ਆਈ ਜਾ ਰਹੀਆਂ ਨੇ ਕਾਂਗਰਸ ਦੇ ਵਿੱਚ ਜਿਹੜਾ ਪਾੜ ਆ ਉਹ ਵਧਣਾ ਸ਼ੁਰੂ ਹੋ ਗਿਆ। ਇਸੇ ਦੇ ਚੱਲਦਿਆਂ ਜਿਹੜਾ ਹਰਸਿਮਰਤ ਸਿੰਘ ਸ਼ੈਰੀ ਰਿਆੜ ਜਿਹੜੇ ਆ ਜਿਹੜੇ ਨਵਜੋਤ ਸਿੱਧੂ ਧੜੇ ਦੇ ਬੜੇ ਸਿਰਕੜ ਆਗੂ ਨੇ, ਹਮੇਸ਼ਾ ਉਹਨਾਂ ਦੇ ਨਾਲ ਹੁੰਦੇ ਨੇ, ਇਹਨਾਂ ਨੂੰ ਹੁਣ ਨੋਟਿਸ ਭੇਜ ਦਿੱਤਾ। ਵੇਖਦੇ ਆ ਕਿ ਹੁਣ ਯੂਥ ਨੂੰ ਕਾਂਗਰਸ ਜਿਹੜੀ ਆ ਇਹ ਜੋੜਨ 'ਚ ਕਾਮਯਾਬ ਹੁੰਦੀ ਹੈ ਜਾਂ ਇਹ ਵਿਰੋਧ ਕਰਨਗੇ ਵਿਰੋਧੀ ਧੜਾ ਜਿਹੜਾ ਵੀ ਅਸੀਂ ਇੰਡੀਆ ਗੱਠਜੋੜ ਦੇ ਤਹਿਤ ਆਮ ਆਦਮੀ ਪਾਰਟੀ ਨਾਲ ਇਲੈਕਸ਼ਨ ਜਿਹੜੇ ਆ ਉਹ ਨਹੀਂ ਲੜਨੇ, ਜਾਂ ਫਿਰ ਪਾਰਟੀ ਇਹਨਾਂ ਨੂੰ ਘਰ ਵੀ ਬਿਠਾ ਸਕਦੀ ਆ ਵੱਡੇ ਲੀਡਰਸ ਨੂੰ ਕਿ ਠੀਕ ਹੈ ਜੇ ਤੁਸੀਂ ਸਾਡੀ ਗੱਲ ਹੀ ਨਹੀਂ ਮੰਨਦੇ ਤਾਂ ਤੁਸੀਂ ਘਰ ਬੈਠੋ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਸਿੱਧੂ ਧੜੇ ਦੇ ਉੱਤੇ ਕਾਰਵਾਈ ਜ਼ਰੂਰ ਵੇਖਣ ਨੂੰ ਮਿਲੀ ਹੈ ਕਿ ਜਿੱਥੇ ਸਿੱਧੂ ਧੜੇ ਦੇ ਹਰਸਿਮਰਤ ਜਿਹੜੇ ਸ਼ਹਿਰੀ ਮਾਨ ਆ ਉਹਨਾਂ ਨੂੰ ਪਾਰਟੀ ਨੇ ਸ਼ੋ ਕੌਜ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।